ਇਹ ਖਿਡੌਣਾ ਦਮਾ ਪੀੜਿਤ ਬੱਚਿਆਂ ਲਈ ਇੱਕ ਵਰਦਾਨ ਹੈ। ਤੁਹਾਨੂੰ ਇੱਕ ਚੰਗੀ ਕੁਆਲਿਟੀ ਦੀ ਸਟਰਾਅ, ਪੈਨਸਿਲ ਅਤੇ ਸੂਤੀ ਧਾਗੇ ਦੀ ਲੋੜ ਹੈ। 15 ਸੈਂਟੀਮੀਟਰ ਦੀ ਸਟਰਾਅ ਨੂੰ ਕੱਟ ਲਵੋ ਅਤੇ ਸਟਰਾਅ ਵਿਚਕਾਰ ਇੱਕ ਪੈਨਸਿਲ ਨਾਲ ਮੋਰੀ ਬਣਾਓ। ਸੱਠ ਸੈਂਟੀਮੀਟਰ ਲੰਬਾ ਸੂਤੀ ਧਾਗਾ ਲਵੋ, ਮੋਰੀ ਦੀ ਦਿਸ਼ਾ ਵਿੱਚ ਪਰੋ ਦਵੋ, ਇੱਕ ਬਰੀਕ ਜਿਹੀ ਗੰਡ ਬੰਨੋ ਅਤੇ ਬਚਿਆ ਧਾਗਾ ਕੱਟ ਦਵੋ। ਗੰਡ ਨੂੰ ਚਪਟਾ ਕਰਨ ਲਈ ਇਸ ਨੂੰ ਦਬਾਓ। ਹੁਣ ਫੂਕ ਮਾਰੋ ਅਤੇ ਤੁਸੀਂ ਹੈਰਾਨ ਹੋਵੋਗੇ ਕਿ ਸਾਰਾ ਧਾਗਾ ਗੋਲ ਗੋਲ ਘੁੰਮ ਰਿਹਾ ਹੈ। ਧਾਗੇ ਦੀ ਜਗ੍ਹਾ ਉੱਨ ਵਰਤ ਕੇ ਦੇਖੋ। ਇਹ ਖਿਡੌਣਾ ਫੇਫੜਿਆਂ ਵਾਸਤੇ ਇੱਕ ਵਧੀਆ ਕਸਰਤ ਹੈ।